ਯਾਰ ਮੈਂ ਬਈ ਬਹੁਤ ਕਾਹਲੀ ਕੀਤੀ ਜਾਣ ਦੀ, ਰਾਤ ਰੁਕਦੇ ਗੱਲਾਂ ਬਾਤਾਂ ਕਰਦੇ ਆਪਾਂ। ਨਹੀਂ ਨਹੀਂ ਫਿਰ ਮਿਲਾਂਗੇ ਕਦੇ, ਉਹ ਮੈਂ ਮਾਸੀ ਜੀ ਨੂੰ ਥੋੜੀ ਜਿਹੀ ਗੱਲ ਸਮਝਾਈ ਆ, ਉਹਨਾਂ ਨੂੰ ਕਹਿ ਦਿਓ ਚੀਜ਼ ਤੇ ਗੌਰ ਕਰ। ਕਿਹੜੀ ਗੱਲ ਬਾਈ? ਉਹ ਤੂੰ ਮਾਸੀ ਨਾਲ ਬਹਿ ਕੇ ਗੱਲ ਕਰੀ ਤੂੰ ਆਪੇ ਦੱਸ। ਚੰਗਾ ਬਈ ਫਿਰ ਚੱਲ ਠੀਕ ਹੈ, ਚੰਗਾ ਬਈ। ਹੋਰ ਦੱਸ ਨੀਮੋ, ਬਾਪੂ ਹੋਰੀ ਸਾਰੇ ਠੀਕ ਠਾਕ ਸੀ ਉੱਥੇ? ਬਸ ਠੀਕ ਆ ਦੀਦੀ। ਮੈਂ ਮੇਰੀ ਗੱਲ ਸੁਣ, ਹੈਂ ਤੂੰ ਉੱਥੇ ਜਾ ਕੇ ਸਾਨੂੰ ਭੁੱਲੇ ਗਈ ਸੀਗੀ, ਤੈਨੂੰ ਮੇਰੀ ਯਾਦ ਨਹੀਂ ਆਈ? ਕਿਹੋ ਜਿਹੀਆਂ ਗੱਲਾਂ ਕਰਦੇ ਹੋ ਦੀਦੀ, ਮੈਂ ਤੁਹਾਨੂੰ ਕਿਵੇਂ ਭੁੱਲ ਜੂੰਗੀ? ਭੁੱਲ ਤਾਂ ਤੁਸੀਂ ਸਾਰੇ ਮੈਨੂੰ ਗਏ ਸੀ, ਤੁਸੀਂ ਤਾਂ ਮੈਨੂੰ ਜਿਉਂਦੀ ਜਾਗਦੀ ਨਹੀਂ ਮਾਰਤਾ। ਮੈਨੂੰ ਲੱਗਦਾ ਸੀ ਵੀ ਚੱਲ ਮੰਮੀ ਨਾ ਸਹੀ, ਮੇਰੀ ਦੀਦੀ ਤੇ ਵੀਰਾ ਤਾਂ ਮੇਰਾ ਖਿਆਲ ਰੱਖਦੇ ਆ, ਇਹ ਤਾਂ ਸਦਾ ਮੇਰੇ ਨਾਲ ਖੜੇ ਆ, ਪਰ ਤੁਸੀਂ ਤਾਂ ਆਪ ਮੰਮੀ ਮਗਰ ਲੱਗ ਕੇ ਮੈਨੂੰ ਇੱਕ ਫੋਨ ਤੱਕ ਨਹੀਂ ਕੀਤਾ। ਤੁਹਾਨੂੰ ਕੀ ਪਤਾ ਮੈਂ ਆਪਦੇ ਦਿਨ ਕਿਵੇਂ ਕੱਟੇ ਉੱਥੇ। ਨਹੀਂ ਨਹੀਂ ਨਿੰਮੋ, ਐਵੇਂ ਦੀ ਗੱਲ ਨਹੀਂ ਹੈਗੀ, ਨਾਲੇ ਤੈਨੂੰ ਚੰਗਾ ਭਲਾ ਤਾਂ ਪਤਾ ਕਿ ਮੈਂ ਤੈਨੂੰ ਆਪਣੀ ਛੋਟੀ ਭੈਣ ਮੰਨਦੀ ਹਾਂ, ਤੂੰ ਕਿਉਂ ਮੈਨੂੰ ਉਦਾਸ ਕਰਦੀ ਆਪਣਾ? ਜੇ ਆਪਦੀ ਛੋਟੀ ਭੈਣ ਮੰਨਦੇ ਸੀ ਤਾਂ ਫਿਰ ਕਦੇ ਮਿਲਣੇ ਤਾਂ ਗਏ ਨਹੀਂ ਆਪਦੀ ਭੈਣ ਨੂੰ, ਨਾ ਕਦੇ ਆਪਦੀ ਭੈਣ ਦਾ ਹਾਲ ਪੁੱਛਿਆ ਵੀ ਕਿਹੜੇ ਹਾਲਾਤਾਂ 'ਚ ਰਹਿੰਦੀ ਆ, ਕਿਹੜਿਆਂ 'ਚ ਨਹੀਂ। ਚੱਲ ਹੁਣ ਤਾਂ ਆਪਦਾ ਨਾ ਮਨ ਨਾ ਆਉਣਾ ਕਰ, ਤੈਨੂੰ ਚੰਗਾ ਪੜਾ ਤਾਂ ਪਤਾ ਮੰਮੀ ਦਾ ਸੁਭਾਅ ਕਿੱਦਾਂ ਦਾ। ਅੱਛਾ ਮੇਰੀ ਗੱਲ ਸੁਣ, ਤੈਨੂੰ ਪਤਾ ਮੰਮੀ ਜੀ ਨੇ ਕਿਹਾ ਸੀ ਕਿ ਨਿੰਮੋ ਨੂੰ ਲੈ ਕੇ ਆਉਣਾ, ਹੁਣ ਮੰਮੀ ਜੀ ਦਾ ਸੁਭਾਅ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਬਦਲ ਗਿਆ। ਸ਼ੁਕਰ ਹੈ ਰੱਬ ਦਾ ਜਿਹੜਾ ਮੰਮੀ ਜੀ ਨੇ ਆਪਦਾ ਸੁਭਾਅ ਬਦਲਿਆ ਦੀਦੀ, ਪਰ ਹੁਣ ਸੁਭਾਅ ਬਦਲਣ ਦਾ ਕੀ ਫਾਇਦਾ, ਜਦੋਂ ਮੈਨੂੰ ਤੁਹਾਡੇ ਸਾਰੇ ਪਰਿਵਾਰ ਦੀ ਲੋੜ ਸੀ ਉਦੋਂ ਮੰਮੀ ਜੀ ਨੇ ਮੈਨੂੰ ਖੁਦ ਘਰੋਂ ਕੱਢਤਾ, ਉਦੋਂ ਤਾਂ ਇਹ ਵੀ ਨਹੀਂ ਦੇਖਿਆ ਵੀ ਸਾਡੀ ਨੂੰ ਬਿਮਾਰ ਆ, ਸਾਡਾ ਫਰਜ਼ ਬਣਦਾ ਇਹਨੂੰ ਸਾਂਭਣਾ। ਮੇਰੇ ਗਰੀਬ ਪਿਓ ਦੇ ਸਿਰ ਮੇਰਾ ਭਾਰ ਦੇਤਾ ਵੀ ਉਹ ਸਾਂਭੇ ਨਾ ਸਾਂਭੇ, ਫਿਰ ਵੀ ਮੈਨੂੰ ਤਾਂ ਕੋਈ ਗੁੱਸਾ ਗਿੱਲਾ ਨਹੀਂ ਦੀਦੀ ਮੰਮੀ ਨਾਲ, ਚਲੋ ਜਿਵੇਂ ਵੀ ਆ ਮੈਂ ਤਾਂ ਉਵੇਂ ਰਹਿਣ ਨੂੰ ਤਿਆਰ ਹਾਂ। ਨਿੰਮੋ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੀ ਆ, ਕਮਲੀ ਤੈਨੂੰ ਤਾਂ ਮੰਮੀ ਨੇ ਤਾਂ ਉੱਥੇ ਭੇਜਿਆ ਸੀ ਕਿ ਉੱਥੇ ਜਾ ਕੇ ਤੇਰਾ ਮਨ ਕੁਛ ਹੋਰ ਹੋ ਜਾਊਗਾ, ਤੂੰ ਹੋਰ ਕੁਝ ਸੋਚੀ ਜਾਂਦੀ ਆ, ਛੱਡ ਹੁਣ ਇਹਨਾਂ ਗੱਲਾਂ ਨੂੰ। ਮੈਂ ਤਾਂ ਕੀ ਸੋਚਣਾ ਦੀਦੀ, ਜੋ ਕੁਛ ਹੋਇਆ ਉਹੀ ਤੁਹਾਨੂੰ ਕਿਹਾ ਮੈਂ ਤਾਂ, ਪਰ ਮੰਮੀ ਨੇ ਤਾਂ ਜੋ ਕਰਨਾ ਸੀ ਕਰਤਾ, ਮੈਨੂੰ ਪਤਾ ਵੀ ਮੈਂ ਕਿਹੜੇ ਹਾਲਾਤਾਂ 'ਚ ਆਪਦੇ ਪਿਓ ਅੱਗੇ ਰਹਿ ਕੇ ਆਈ ਹਾਂ, ਕੀ ਦੱਸਦੀ ਮੈਂ ਆਪਦੇ ਮਾਪਿਆਂ ਨੂੰ ਵੀ ਮੈਂ ਅੰਦਰੋਂ ਕਿੰਨੀ ਕੁ ਭਰੀ ਪਈ ਹਾਂ, ਪਰ ਨਹੀਂ ਇੱਕ ਉਹਨਾਂ ਦਾ ਦਿਲ ਰੱਖਣ ਮਾਰੀ ਨੂੰ ਮੈਨੂੰ ਆਪਦੇ ਦਿਨ ਘਟੀਆਂ ਕਰਨੀਆਂ ਪਈਆਂ ਜਿਵੇਂ ਵੀ ਸੀ, ਮੈਂ ਉਹਨਾਂ 'ਤੇ ਹੋਰ ਬੋਝ ਨਹੀਂ ਬਣ ਸਕਦੀ ਸੀ। ਚੱਲ ਕੋਈ ਨਾ ਨਿੰਮੋ, ਤੂੰ ਨਾ ਬਾਹਲੀ ਟੈਨਸ਼ਨ ਨਾ ਲੈ, ਐਵੇਂ ਕਰ ਬਿੰਦ ਖੜੀ ਆਰਾਮ ਕਰ ਲਾ, ਮੈਂ ਚਾਹ ਬਣਾ ਕੇ ਲੈ ਕੇ ਆਉਂਦੀ ਹਾਂ ਤੇਰੇ ਲਈ। ਕੋਈ ਨਹੀਂ ਦੀਦੀ ਲਿਓ। ਕਿਹੜੇ ਪਾਪਾਂ ਦੀ ਸਜ਼ਾ ਦੇਣ ਲੱਗਿਆ ਰੱਬਾ ਮੈਨੂੰ ਤੂੰ, ਜਾਂ ਤਾਂ ਮੇਰਾ ਉਹ ਚੰਦਰੇ ਨਾਲ ਸਾਥ ਨਾ ਲਿਖਦਾ ਜੇ ਲਿਖ ਹੀ ਦਿੱਤਾ ਸੀ
ਤਾਂ ਸਾਨੂੰ ਉਮਰ ਭਰ ਰਹਿਣ ਦਾ ਮੌਕਾ ਤਾਂ ਦਿੰਦਾ ਵੀ ਅਸੀਂ ਇੱਕ ਦੂਜੇ ਨਾਲ ਇਕੱਠੇ ਰਹਿ ਸਕੀਏ। ਆ ਕਹਿਰ ਗੁਜ਼ਾਰ ਕੇ ਨਾ ਤੂੰ ਮੈਨੂੰ ਅਗਲੇ ਪਾਸੇ ਜੋਗੀ ਛੱਡਿਆ, ਨਾ ਮੇਰੇ ਪੇਕਿਆਂ ਜੋਗੀ ਛੱਡਿਆ। ਇੱਕ ਵਾਰੀ ਮੇਰੇ ਤੇ ਤਾਂ ਤਰਸ ਕਰ ਲੈਂਦਾ ਵੀ ਮੈਂ ਕਿੱਧਰ ਨੂੰ ਜਾਊਂਗੀ, ਆਪਣੀ ਜ਼ਿੰਦਗੀ ਨੂੰ ਕਿਵੇਂ ਕੱਟਾਂ ਉਹਦੇ ਬਿਨਾਂ। ਮੇਰੀ ਇੱਕ ਇੱਕ ਰਾਤ ਪਾੜ ਜਿੱਡੀ ਲੱਗਦੀ ਆ। ਪਤਾ ਨਹੀਂ ਹੈ ਕਿੱਧਰ ਭੱਗ ਗਈ, ਮੇਰਾ ਤਾਂ ਉਹੀ ਨਹੀਂ ਜੀ ਲੱਗਦਾ। ਕਿੱਥੇ ਗਏ ਸੀ ਤੁਸੀਂ? ਉਹ ਨਾ ਮੈਂ ਕਿਸੇ ਯਾਰ ਦੋਸਤ ਨੂੰ ਮਿਲਣ ਲੱਗਿਆ। ਹਾਂ ਤੁਹਾਨੂੰ ਉਹਦੇ ਯਾਰ ਦੋਸਤਾਂ ਦੀ ਫਿਕਰ ਆ, ਮੇਰੀ ਤਾਂ ਫਿਕਰ ਹੈ ਹੀ ਨਹੀਂ। ਤੁਹਾਨੂੰ ਇਹ ਪਤਾ ਵੀ ਮੇਰਾ ਤੁਹਾਡੇ ਬਿਨਾਂ ਇੱਕ ਪਲ ਵੀ ਨਹੀਂ ਜੀ ਲੱਗਦਾ। ਲੈ ਮੰਮੀ ਤੇ ਭਾਬੀ ਹੈ ਤਾਂ ਹੈਗੇ ਨੇ ਤੇਰੇ ਕੋਲ, ਕਰ ਲਿਆ ਕਰ ਉਹਨਾਂ ਨਾਲ ਗੱਲਾਂ। ਉਹ ਆਪਦੀ ਜਗ੍ਹਾ ਨੇ ਤੇ ਤੁਸੀਂ ਆਪਦੀ ਜਗ੍ਹਾ ਹੋ। ਅੱਛਾ ਹੁਣ ਮੇਰੇ ਭਰਤੀ ਵਾਲਾ ਕੰਮ ਬਣਨ ਵਾਲਾ ਹੈਗਾ, ਜੇ ਹੁਣ ਮੈਂ ਭਰਤੀ ਹੋ ਗਿਆ ਫਿਰ ਕੀ ਕਰਿਆ ਕਰੇਂਗੀ? ਫਿਰ ਵੀ ਤੂੰ ਇਕੱਲੀ ਨੇ ਰਹਿਣਾ। ਹਾਂ ਨਾ ਮੈਂ ਨਹੀਂ ਇਕੱਲੀ ਰਹਿ ਸਕਦੀ ਤੁਹਾਡੇ ਬਿਨਾਂ। ਕਾਸਮਾਂ ਨੂੰ ਖਾਣ ਨੌਕਰੀਆਂ ਨਹੀਂ ਮਿਲਦੀ ਨਾ ਮਿਲੇ, ਪਰ ਤੁਹਾਨੂੰ ਆਪਦੇ ਤੋਂ ਦੂਰ ਨਹੀਂ ਜਾਣ ਦਿੰਦੀ। ਮੈਂ ਤਾਂ ਇੱਕ ਮਿੰਟ ਨਹੀਂ ਬਚਦੀ ਤੁਹਾਡੇ ਤੋਂ ਬਿਨਾਂ। ਇੱਕ ਤੁਸੀਂ ਤਾਂ ਹੈਗੇ ਹੋ ਮੇਰੇ ਨਾਲ ਗੱਲਾਂ ਬਾਤਾਂ ਕਰਨ ਵਾਲੇ, ਘਰੇ ਤੁਹਾਡੇ ਨਾਲ ਹੀ ਤਾਂ ਮੇਰਾ ਜੀ ਲੱਗਦਾ। ਲੈ ਕਮਲੀਏ ਜੀ ਤਾਂ ਤੈਨੂੰ ਲਾਉਣਾ ਪੈਣਾ, ਜੇ ਹੁਣ ਮੇਰਾ ਨੌਕਰੀ ਵਾਲਾ ਕੰਮ ਬਣ ਗਿਆ ਨਾ ਫਿਰ ਤਾਂ ਮੈਂ ਸਾਲ ਸਾਲ ਬਾਅਦ ਆਇਆ ਕਰੂੰਗਾ, ਫਿਰ ਕੀ ਕਰਿਆ ਕਰੇਂਗੀ ਤੂੰ? ਮੈਂ ਨਹੀਂ ਤੁਹਾਨੂੰ ਆਪਦੇ ਤੋਂ ਦੂਰ ਹੋਣ ਦਿੰਦੀ, ਨੌਕਰੀ ਲੱਗੇ ਚਾਹੇ ਨਾ ਲੱਗੇ। ਮੈਂ ਤਾਂ ਘਰ 'ਚ ਹੀ ਰੱਖੂੰਗੀ, ਰੁੱਖੀ ਮਿੱਸੀ ਖਾ ਕੇ ਉਵੇਂ ਹੀ ਟੈਂਟ ਪਾੜੂ, ਪਰ ਆਪਦੇ ਤੋਂ ਦੂਰ ਨਹੀਂ ਹੋਣ ਦੇਣਾ ਤੁਹਾਨੂੰ, ਨਹੀਂ ਤਾਂ ਮੈਂ ਰੋ ਰੋ ਮਰ ਜੂੰ। ਲੈ ਕਮਲੀਏ ਆਹ ਗੱਲ ਨਾ ਕਹਿ, ਰੋਣ ਦੀ ਗੱਲ ਦੂਰ ਆ, ਮੈਂ ਤੇਰੀ ਅੱਖ 'ਚ ਇੱਕ ਵੀ ਹੰਝੂ ਨਹੀਂ ਦੇ ਸਕਦਾ ਗਿਆ, ਬਾਕੀ ਰਹੀ ਆਹ ਗੱਲ ਤੂੰ ਦੁਬਾਰੇ ਨਹੀਂ ਕਹਿਣੀ ਹੈਗੀ। ਪੱਕਾ ਵਾਦਾ? ਪੱਕਾ ਵਾਦਾ। ਕਦੇ ਦੂਰ ਤਾਂ ਨਹੀਂ ਹੁੰਦੇ ਮੇਰੇ ਤੋਂ? ਨਹੀਂ ਹੁੰਦਾ ਹੈਗਾ। ਬਸ ਕਰ ਨਿੰਬੋ, ਰੋ ਨਾ ਮੇਰੀ ਧੀ, ਸੰਭਾਲ ਆਪਣੇ ਆਪ ਨੂੰ। ਜੇ ਤੇਰਾ ਜੀਵਨ ਸਾਥੀ ਗਿਆ ਤਾਂ ਮੇਰਾ ਵੀ ਪੁੱਤ ਗਿਆ, ਜੋ ਮੈਨੂੰ ਹਜੇ ਤੱਕ ਨਹੀਂ ਭੁੱਲਿਆ ਤੇ ਨਾ ਸਾਰੀ ਉਮਰ ਭੁੱਲਣਾ। ਮੇਰਾ ਤਾਂ ਮਰੀਦਾ ਸਿਵਾ ਵੀ ਦੁਹਾਈਆਂ ਦੇਊਗਾ, ਜਿਨ੍ਹਾਂ ਦੇ ਜਵਾਨ ਪੁੱਤ ਚਲੇ ਜਾਂਦੇ ਆ ਨਾ, ਉਹਨਾਂ ਮਾਵਾਂ ਦਾ ਕੁਝ ਜੀਣਾ ਜੀਣਾ ਨਹੀਂ ਰਹਿ ਜਾਂਦਾ। ਚੁੱਪ ਕਰ ਮੇਰੀ ਧੀ, ਹੌਸਲਾ ਦੇ ਮਾਤਾ, ਕਿਹੜੇ ਰੰਗ ਦੇਵਾਂ ਤੈਨੂੰ? ਤੁਸੀਂ ਐਂ ਨਾ ਬੋਲੋ, ਤੁਸੀਂ ਨਾ ਮੈਨੂੰ ਛੱਡ ਕੇ ਕਿਤੇ ਵੀ ਜਾਇਓ, ਇੱਕ ਤੁਹਾਡੇ ਆਸਰੇ ਤੋਂ ਹੁਣ ਮੈਂ ਜਿਉਂਦੀ ਹਾਂ, ਸਿਰਫ ਮੈਨੂੰ ਇਹੀ ਪਰਿਵਾਰ ਉੱਠ ਸਕਦਾ ਮੇਰਾ। ਚੁੱਪ ਕਰ।
ਨੂੰ ਆਪਣੇ ਕੋਲੇ ਰੱਖੂੰਗੀ। ਮੈਂ ਤੈਨੂੰ ਕਿਤੇ ਜਾਣ ਨਹੀਂ ਦਿੰਦੀ। ਰੋ ਨਾ ਮੇਰੀ ਧੀ, ਰੋ ਨਾ। ਮੇਰੇ ਤੋਂ ਤੂੰ ਰੋਂਦੀ ਦੇਖੀ ਨਹੀਂ ਜਾਂਦੀ। ਉਹ ਰੱਬ ਮੇਰੀ ਜਾਨ ਲੈ ਲੈਂਦਾ ਪਰ ਮੇਰੇ ਮੰਗੇ ਨੂੰ ਕੁਛ ਨਾ ਆਉਣ ਦਿੰਦਾ। ਕਿਉਂ ਹੋਣੇ ਮੇਰੇ ਨਾਲ ਇੱਡਾ ਕਹਿਰ ਗੁਜ਼ਾਰਿਆ ਮਾਂ? ਕਿਉਂ ਕੀਤਾ ਮੇਰੇ ਨਾਲ ਹੋਣੇ ਇਹੋ ਜਿਹਾ ਕੁਛ? ਪਤਾ ਨਹੀਂ, ਉਹਦੀ ਲਿਖੀ ਇੰਨੀ ਸੀ, ਉਹਦਾ ਤੇ ਤੇਰਾ ਸਾਥ, ਉਹਦਾ ਸਾਡੇ ਨਾਲ ਸਾਥ ਸਿਰਫ ਇੰਨਾ ਹੀ ਸੀ। ਰੱਬ ਦੀ ਹੋਣੀ ਨੂੰ ਕੋਈ ਟਾਲ ਨਹੀਂ ਸਕਦਾ ਨਿੰਮੋ। ਚੱਲ ਤੂੰ ਆਰਾਮ ਕਰ, ਆਰਾਮ ਕਰ, ਮੈਂ ਹੁੰਦੀ ਹਾਂ। ਜਰੀ ਨਹੀਂ ਗਈ, ਮੇਰੇ ਪੁੱਤ ਨੂੰ ਕਿੰਨਾ ਯਾਦ ਕਰਦੀ ਹੈ। ਮੈਂ ਤਾਂ ਕਿਹਾ ਸੀ ਵੀ ਉਹ ਮੇਰੇ ਪੁੱਤ ਨੂੰ ਭੁੱਲ ਚੁੱਕੀ ਹੋਣੀ ਹੈ, ਪਰ ਨਹੀਂ, ਉਹ ਤਾਂ ਪਹਿਲਾਂ ਨਾਲੋਂ ਵੀ ਜ਼ਿਆਦਾ ਮੰਗੇ ਨੂੰ ਯਾਦ ਕਰਦੀ ਹੈ। ਮੈਂ ਤਾਂ ਸੋਚਦੀ ਸੀ ਕਿ ਸਿਰਫ ਮੇਰਾ ਮੰਗਾ ਮੈਨੂੰ ਯਾਦ ਆਉਂਦਾ, ਪਰ ਨਹੀਂ, ਨਿੰਮੋ ਵੀ ਉਹਨੂੰ ਅੱਜ ਉਨਾ ਹੀ ਪਿਆਰ ਕਰਦੀ ਹੈ ਜਿੰਨਾ ਪਹਿਲਾਂ ਕਰਦੀ ਸੀ। ਕਿਤੇ ਮੈਂ ਨਿੰਮੋ ਨਾਲ ਕੁਛ ਗਲਤ ਤਾਂ ਨਹੀਂ ਕਰ ਰਹੀ? ਮੈਂ ਕੁਛ ਨਹੀਂ, ਮੈਂ ਕੀ ਗਲਤ ਕਰ ਰਹੀ ਹਾਂ? ਮੈਂ ਤਾਂ ਪਹਿਲਾਂ ਆਪਣੇ ਪਰਿਵਾਰ ਦਾ ਸੋਚਣਾ। ਇਹਦਾ ਕੀ ਆ, ਇਹਨੂੰ ਤਾਂ ਹੋਰ ਵੀ ਖਸਮ ਮਿਲ ਜਾਣਾ। ਇਹ ਤਾਂ ਜਿੱਥੇ ਮਰਜ਼ੀ ਜਾ ਕੇ ਵਿਆਹ ਕਰਵਾ ਸਕਦੀ ਹੈ, ਪਰ ਮੇਰੇ ਘਰ ਚ ਖੁਸ਼ੀਆਂ ਦਾਛੋ ਤੇ ਦਰਸ਼ਨ ਕਰਕੇ ਆਉਣੀਆਂ। ਇਹ ਕਿਤੇ ਮੈਨੂੰ ਇਮੋਸ਼ਨਲ ਨਹੀਂ, ਮੈਨੂੰ ਭਲਾ ਦਾਛੋ ਤੇ ਦਰਸ਼ਨ, ਬਾਕੀ ਬਾਅਦ ਵਿੱਚ। ਇਹਦਾ ਕੀ ਕਰਨਾ, ਇਹਦਾ ਕੀ ਨਹੀਂ ਕਰਨਾ, ਇਹ ਤਾਂ ਬਾਅਦ ਦੀਆਂ ਗੱਲਾਂ ਹੈ। ਹੋ ਸਕਦਾ ਕੁਛ ਨਹੀਂ ਹੋ ਸਕਦਾ ਮੇਰੇ ਲਈ। ਦਰਸ਼ਨ ਤੇ ਦਾਛੋ ਤੇ ਉਹਨਾਂ ਦਾ ਬੱਚਾ ਜਿਨ੍ਹਾਂ ਦਾ ਮੈਨੂੰ ਓਟ ਆਸਰਾ ਹੋਣਾ ਬੁਢਾਪੇ ਵਿੱਚ, ਇਹਨੇ ਕੀ ਪਤਾ ਮੈਨੂੰ ਪੁੱਛਣਾ ਕਿ ਨਹੀਂ ਪੁੱਛਣਾ। ਨਹੀਂ, ਮੈਂ ਹੀ ਕੀ ਸੋਚੀ ਜਾਂਦੀ ਇਹਦੇ ਬਾਰੇ। ਮੇਰੇ ਲਈ ਜੋ ਕੁਛ ਵੀ ਹੈ ਨਾ, ਹੁਣ ਮੇਰਾ ਦਰਸ਼ਨ ਤੇ ਦਾਛੋ ਤੇ ਉਹਨਾਂ ਦਾ ਜਵਾਕ, ਮੈਂ ਜਿਹੜੇ ਮਕਸਦ ਲਈ ਇਹਨੂੰ ਘਰ ਬੁਲਾਇਆ ਪਹਿਲਾਂ ਮੈਂ ਉਹ ਮਕਸਦ ਤਾਂ ਪੂਰਾ ਕਰ ਲਵਾਂ, ਬਾਕੀ ਕੰਮ ਤਾਂ ਬਾਅਦ ਵਿੱਚ ਸੋਚੇ ਜਾਣਗੇ। ਇਹਦੇ ਹੰਝੂ ਮੈਨੂੰ ਕਮਜ਼ੋਰ ਨਹੀਂ ਪੈਣ ਦੇ ਸਕਦੇ, ਨਿੰਮੋ ਦੇ ਹੰਝੂ ਮੈਨੂੰ ਕਮਜ਼ੋਰ ਨਹੀਂ ਕਰਨਗੇ। ਬੈਠ ਗਈ ਭੈਣੇ? ਹਾਂ ਭੈਣੇ, ਆ ਜਾ, ਬਹਿ ਜਾ। ਬੈਠੀ ਨੂੰ ਆਈ ਨਹੀਂ ਹੈਗੀ ਅਜੇ? ਆਈ ਨਹੀਂ ਭੈਣੇ, ਆ ਜੂਗੀ ਮੈਨੂੰ ਲੱਗਦਾ ਅੱਜ। ਲੈ ਦੇਖ ਲਾ, ਇੰਨੇ ਇੰਨੇ ਦੇਣ ਨਾ ਛੱਡਿਆ ਕਰ, ਜੇ ਹੁਣ ਇੰਨੀ ਢਿੱਲ ਦੇਣ ਲੱਗ ਗਈ ਫਿਰ ਔਖਾ ਹੋ ਜੂ, ਭੇਤ ਪਾ ਜੂਗੀ।
ਨਹੀਂ ਨਹੀਂ ਭੈਣੇ ਕੋਈ ਨਾ, ਨਿਆਣੀ ਸਿਆਣੀ ਹੈਗੀ, ਹੁਣ ਤਾਂ ਕਾਹਨੂੰ ਜਾਂਦੀ ਹੈ ਤੈਨੂੰ ਪਤਾ ਹੀ ਹੈ। ਹੈ ਆਹ ਹੁਣ ਬਾਹਲੀ ਬੁੱਸ ਜੇ ਕਰਦੀ ਸੀ, ਕਹਿੰਦੀ ਮੰਮੀ ਜਾ ਆ ਮਾਮਾ, ਚੱਲ ਲਾਇਆ ਚਾਰ ਦਿਨ ਹਲੇ ਮੇਰੇ ਨੈਣ ਪ੍ਰਾਹਣ ਚੱਲਦੇ ਆ। ਆਹੋ ਚੱਲ ਇਹ ਤਾਂ ਗੱਲ ਹੈਗੀ ਆ, ਨਹੀਂ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ। ਨਹੀਂ ਮੇਰੀ ਗੱਲ ਸੁਣ, ਸੁੱਖ ਦੀ ਗੱਲ ਕਹੀ ਕੋਈ ਨੀ, ਗੱਲ ਤਾਂ ਸੁੱਖ ਦੀ ਹੈ, ਨਿੰਮੋ ਆ ਗਈ। ਅੱਛਾ ਹਾਂ ਚੱਲ, ਨਹੀਂ ਮੈਨੂੰ ਤਾਂ ਬਾਲਾ ਹੀ ਚਾਅ ਚੜਿਆ ਜਦੋਂ ਆਈ, ਮਹਾਂ ਚੱਲ ਬੇਚਾਰੀ ਲਿਆਂਦੀ ਜੇ ਗੱਲ ਪੇਟ ਲਾ ਲੂਗੀ, ਨਹੀਂ ਸੁਧਰ ਜੂ ਇਹ, ਊਂ ਤਾਂ ਕੁੱਤੇ ਦੀ ਪੂਛ ਹੈ ਸਿੱਧੀ ਤਾਂ ਇਹ ਹੋਣੀ। ਭੈਣੇ ਆਈ ਦਾ ਵੀ ਕੀ ਫਾਇਦਾ ਵਿਚਾਰੀ ਦਾ, ਜੇ ਉਹੀ ਦੁਰਦਸ਼ਾ ਕਰਦੀ ਰਹੀ ਇਹਦੀ। ਗੱਲ ਤਾਂ ਤੇਰੀ ਸੱਚੀ ਹੈ, ਤਾਂ ਇਹ ਕੁੱਤੇ ਦੀ ਪੂਛ ਹੀ ਸੁਧਰਦੀ ਤਾਂ ਹੈ ਨਹੀਂ। ਹਾਂ ਖਬਰਾਂ ਭੈਣੇ ਕੋਈ ਮਨ ਪਿਰਸ ਪਏ ਜੇ, ਆਏ ਨੀ ਚੰਦਰੀ ਦੇਖਦੀ, ਉਹਦੇ ਸਿਰ ਮੜੀ ਜਾਂਦੀ ਆ ਸਾਰਾ ਕਸੂਰ। ਵੀ ਪਰਮਾਤਮਾ ਦੀ ਕਰੀ ਧਰੀ ਹੈ ਗੱਲ, ਵੀ ਪਰਮਾਤਮਾ ਨੇ ਜਿੰਨੇ ਸਾਹ ਦੇ ਤੇ ਓਨੇ ਹੀ ਅਗਲਾ ਲਊਗਾ, ਵੱਧ ਸਾਹ ਕਿੱਥੋਂ ਲੈ ਲੂ। ਨਾਲੇ ਭੈਣੇ ਐਂ ਦੇਖੇ, ਉਹ ਵੀ ਤਾਂ ਵਿਚਾਰੀ 12 ਬਰਸ ਹੀ ਰੰਡੀ ਹੋਈ ਹੈ। ਹਾਂ ਸਾਰਾ ਦਿਨ ਅਸੀਂ ਕਹੀਓ ਮੇਰਾ ਮੰਗਾ ਲੈ ਲਿਆ ਇਹਨੇ, ਮੇਰਾ ਮੰਗਾ ਲੈ ਲਿਆ ਇਹਨੇ, ਉਹਦਾ ਕਿਹੜਾ ਜੀ ਕਰਦਾ ਸੀ। ਆ ਭਰੀ ਜਵਾਨੀ 'ਚ ਕਿੱਥੇ ਹੱਸਦੀ ਖੇਡਦੀ, ਆਪਦੀ ਜਵਾਨੀ ਹੰਡਾਉਂਦੀ, ਕਿੱਥੇ ਉਹ ਵਿਧਵਾ ਬਣੀ ਬੈਠੀ। ਮੈਂ ਇੱਕ ਗੱਲ ਹੋਰ ਕਹਿੰਦੀ ਹਾਂ, ਜੇ ਇਹਦੀ ਧੀ ਹੁੰਦੀ, ਇਹਦੀ ਧੀ ਨਾ ਬਣਦੀ, ਫੇਰ ਐਂ ਕਹਿ ਦਿੰਦੀ? ਫੇਰ ਤਾਂ ਭੈਣੇ ਬਗਾਨੀ ਮਾਂ 'ਚ ਕਸੂਰ ਕਰਦੀ। ਹੁਣ ਇਹਦੇ ਵਿਚਾਰੀ ਦੇ ਮਾਂ ਨੀ ਹੈਗੀ ਬਹੂ ਦੇ, ਬਸ ਕਹੇ ਵੀ ਕਿਹਨੂੰ ਕਹੇ ਵਿਚਾਰੀ, ਔਖਾ ਬਹੁਤ ਹੈ ਭੈਣੇ। ਚੱਲ ਭੈਣੇ ਹਲੇ ਵੀ ਐਂ ਕਹਿੰਦੇ ਆ, ਜੇ ਲਾ ਲੇ ਗਲ ਬੇਟੇ ਨੂੰ, ਹੱਕ ਤਾਂ ਬਣਦਾ ਬਣਦਾ ਭੈਣੇ, ਹੱਕ ਉਹਦਾ ਤਾਂ ਕਸੂਰ ਨੀ ਵਿਚਾਰੀ ਦਾ। ਮੈਂ ਤਾਂ ਹੁਣ ਕਹਿਣੋ ਹੀ ਹਟ ਗਈ, ਬਥੇਰਾ ਕਹਿ ਕੇ ਫਾਇਦਾ ਤਾਂ ਹੈ ਨੀ ਇਹਨੂੰ ਕਹਿਣ ਦਾ। ਨਹੀਂ ਚੰਗਾ ਭੈਣੇ, ਮੈਂ ਤਾਂ ਜਾਣੀ ਆ, ਮੈਂ ਸੰਭਲਣ ਦਾ ਟਾਈਮ ਹੋ ਰਿਹਾ, ਮੈਂ ਤਾਂ ਆਖਿਆ ਮਹਾ ਮਾੜਾ ਜਿਹਾ ਰਾਣੀ ਨੂੰ ਦੱਸਿਆ। ਚੱਲ ਵਧੀਆ, ਚਾਹ ਤਾਂ ਪੀ ਲਈ ਹੁਣ? ਨਹੀਂ ਨਾ ਭੈਣੇ, ਮੈਂ ਤਾਂ ਨਾ ਬਸ ਬਾਟੀ ਧਰ ਕੇ ਤੇਰੇ ਘਰ ਕਣੀ ਆਈ ਆ ਪੀ ਕੇ। ਅੱਛਾ ਹੋਰ ਦੇਖ ਲੈ, ਬਾਲੀ ਚਲਾਕ ਜਨਾਨੀ ਹੈ, ਆਪਦੀ ਗਾਉਂ ਦੀ ਮਾਰੀ ਨਿੰਮੋ ਨੂੰ ਲਿਆਈ ਹੈ। ਨਹੀਂ ਨਿੰਮੋ ਨੂੰ ਕਿੱਥੇ ਗਲ ਪੇਟ ਲਾਉਂਦੀ ਹੈ, ਤਾਂ ਉਂ ਹੀ ਨੱਕ ਬੁੱਲ ਕੱਢਦੀ ਰਹਿੰਦੀ ਹੈ ਉਹਦੇ ਕਨੀ ਸਾਰਾ ਦਿਨ। ਚਲੋ ਦੇਖੀਏ ਉਹ ਕੀ ਬਣਦੀ ਹੈ, ਪਰ ਜਾ ਕੇ ਤਾਂ ਆਵਾਂ, ਪਤਾ ਤਾਂ ਲਵਾਂ ਭਲਾ ਕੀ ਕਹਿੰਦੀ ਹੈ ਹੁਣ ਉਹ।